ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਅਤੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਸਖਤ ਫੈਸਲਾ ਲੈਂਦੇ ਹੋਏ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਸੀ ਅਤੇ ਇਸੇ ਤਹਿਤ ਬਠਿੰਡਾ ਸ਼ਹਿਰ ਵਿੱਚ ਵੀ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਸ਼ਹਿਰ ਅਤੇ ਗਲੀਆਂ ਵਿੱਚ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ। ਜਦਕਿ ਜੋ ਲੋਕ ਇਸ ਗੱਲ ਨੂੰ ਨਹੀਂ ਸਮਝ ਰਹੇ ਸਨ ਅਤੇ ਗਲੀਆਂ ਬਾਜ਼ਾਰਾਂ ਵਿੱਚ ਘੁੰਮ ਰਹੇ ਸਨ ਤਾਂ ਉਹਨਾਂ ਤੇ ਸਖਤੀ ਵੀ ਵਰਤਾਈ ਗਈ ਅਤੇ ਛਿੱਤਰਾਂ ਲਾਠੀਆਂ ਨਾਲ ਉਹਨਾਂ ਦੀ ਸੇਵਾ ਕੀਤੀ ਗਈ ਅਤੇ ਕਈਆਂ ਤੋਂ ਮੈਂ ਸਮਾਜ ਦਾ ਦੁਸ਼ਮਣ ਹਾਂ, ਘਰ ਵਿੱਚ ਨਹੀਂ ਰਹਾਂਗਾ ਅਖਵਾ ਕੇ ਡੰਡ ਬੈਠਕਾਂ ਵੀ ਕਢਵਾਈਆਂ ਗਈਆਂ। ਨਾਲ ਹੀ ਸਬਜ਼ੀ ਵਿਕਰੇਤਾ ਦੇ ਕੰਡੇ ਆਦਿ ਚੁੱਕੇ ਗਏ। ਜੋ ਲੋਕ ਸਬਜ਼ੀ ਮੰਡੀ ਵਿੱਚ ਆਏ ਹੋਏ ਸਨ ਉਹਨਾਂ ਦੇ ਸਕੂਟਰ ਮੋਟਰਸਾਈਕਲਾਂ ਦੀਆਂ ਚਾਬੀਆਂ ਵੀ ਕੱਢੀਆਂ ਗਈਆਂ ਅਤੇ ਦੁਕਾਨਦਾਰਾਂ ਨੇ ਪੁਲਿਸ ਨੂੰ ਦੇਖ ਕੇ ਹੀ ਸ਼ਟਰ ਬੰਦ ਕਰਨੇ ਸ਼ੁਰੂ ਕਰ ਦਿੱਤੇ, ਜਦਕਿ ਰੇਹੜੀਆਂ ਵਾਲੇ ਰੇਹੜੀਆਂ ਛੱਡ ਕੇ ਭੱਜ ਗਏ। ਆਪਣੀ ਦੁਕਾਨ ਕੈਸੇ ਖੁੱਲੀ ਹੈਗੀ? ਸਰ ਥੋੜਾ ਸਾ ਮਾਲ ਥਾ ਸਰ, 10 ਮਿੰਟ ਵਾਸਤੇ ਥੋੜਾ ਕੇਲਾ ਕੋਲਾ ਖਰਾਬ ਹੋ ਰਹਾ ਥਾ, ਇਸ ਕਰਕੇ ਖੋਲ ਦਿਆ ਥਾ। ਨਹੀਂ ਆਪਕੋ ਪਤਾ ਵੀ 3 ਦਿਨ ਹੋ ਗਏ ਕਰਫਿਊ ਲੱਗੇ ਕੋ? ਬੰਦ ਹੋ ਗਿਆ ਸਰ, ਬੰਦ ਕਰ ਦਿਆ 10 ਮਿੰਟ ਵਾਸਤੇ ਖੋਲਾ ਥਾ। ਪੁਲਿਸ ਨੂੰ ਦੇਖ ਕੇ ਬੰਦ ਕੀਤਾ ਪਹਿਲਾਂ ਤਾਂ? ਕੋਈ ਨਹੀਂ, 10 ਮਿੰਟ ਵਾਸਤੇ ਹੀ ਖੋਲਾ ਥਾ, ਬਸ ਬੰਦ ਹੋ ਗਿਆ ਸਰ, ਬੰਦ ਕਰ ਦਿਆ 10 ਮਿੰਟ ਵਾਸਤੇ ਖੋਲਾ ਥਾ, ਸੌਦਾ ਖਰਾਬ ਪੜਾ ਥਾ, ਬਸ ਹੋਰ ਬੰਦ ਕਰ ਦਈਏ। ਕਿੱਥੇ ਗਏ ਸੀਗੇ ਜੀ? ਬੱਚਾ ਬਿਮਾਰ ਰਹੀ ਮੈਂ ਫਰੂਟ ਬੱਚਾ ਕੋਈ ਬਿਮਾਰ ਨਹੀਂ, ਪਹਿਲਾਂ ਨੇ ਕਿਹਾ ਸੀਗਾ ਆਪਾਂ ਆ ਬੱਚੇ ਹੋਰ ਇਸ ਤਰ੍ਹਾਂ ਪਹਿਲਾਂ ਤੂੰ ਸਬਜ਼ੀ ਮੰਡੀ ਕਿਉਂ ਗਿਆ? ਬੱਚਾ ਗਿਆ ਹਸਪੀਟਲ ਲੈ ਕੇ ਜਾਓ ਫਿਰ। ਦਵਾਈ ਚੱਲ ਰਹੀ ਆ ਉਹਦੀ, ਮਤਲਬ ਕਿ ਲੇਕਿਨ ਤੁਸੀਂ ਸਰਦਾਰ ਜੀ ਤੁਹਾਡੇ ਕੋਲੇ ਸਾਹਿਬ ਹੈਗੇ ਭਾਨੇ? ਸੌਰੀ ਸਰ ਜੀ, ਜੋ ਸਾਨੂੰ ਪਤਾ ਜੀ ਕਰਫਿਊ ਲੱਗਾ 3 ਦਿਨਾਂ ਤੋਂ। ਉਧਰ ਨਹੀਂ ਜਾਓ, ਉਧਰ ਵੀ ਚਲੋ ਪਿੱਛੇ ਲੈ ਤੂੰ। ਸੌਰੀ ਸਰ। ਜਿਹੜੇ ਲੋਕ ਦੁਕਾਨਾਂ ਤੇ ਕੋਈ ਜ਼ਰੂਰੀ ਵਸਤਾਂ ਲੈਣ ਆਏ ਸੀਗੇ ਉਹ ਕਰਫਿਊ ਮੱਦੇ ਨਜ਼ਰ ਰੱਖਦੇ ਉਹਨਾਂ ਨੂੰ ਆਪਾਂ ਆਪਣੇ ਘਰਾਂ 'ਚ ਅਸੀਂ ਭੇਜ ਰਹੇ ਹਾਂ ਅਤੇ ਸ਼ਟਰ ਬੰਦ ਕਰਾ ਰਹੇ। ਉਹਨਾਂ ਦੇ ਕੁਛ ਨੇ ਖੁੱਲੀਆਂ ਸੀਗੀਆਂ ਅਤੇ ਮਾਹੌਲ ਠੀਕ ਆ ਮੋੜਨ ਠੀਕ ਹੈ। ਹਾਂ ਫਲੈਗ ਮਾਰਚ ਵਾਸਤੇ ਬੁਲਾਏ ਸੀਗੇ ਉਹ ਲੋਕ ਫਿਰਦੇ ਜ਼ਿਆਦਾ, ਇਸ ਕਰਕੇ ਜਲਦੀ ਸਾਨੂੰ ਐਕਸ਼ਨ ਕਰਨਾ ਪਿਆ ਹੈ। ਬਠਿੰਡਾ ਤੋਂ ਹਰਮਿੰਦਰ ਸਿੰਘ ਮੌੜ ਦੀ ਰਿਪੋਰਟ। ਸੈਵਨ ਸੀਜ਼ ਇੰਟਰਨੈਸ਼ਨਲ ਲੈ ਕੇ ਆਏ ਨੇ ਆਸਟ੍ਰੇਲੀਆ ਸੈਟਲ ਹੋਣ ਦਾ ਸੁਨਹਿਰੀ ਮੌਕਾ। ਤੁਸੀਂ ਸਟੂਡੈਂਟ, ਫਾਰਮਰ, ਬਿਜ਼ਨਸਮੈਨ ਜਾਂ ਜੌਬ ਕਰਦੇ ਹੋ ਤੇ ਫੈਮਿਲੀ ਨਾਲ ਆਸਟ੍ਰੇਲੀਆ ਸੈਟਲ ਹੋਣਾ ਚਾਹੁੰਦੇ ਹੋ, ਉਹ ਵੀ ਬਿਨਾਂ ਆਈਲੈਟਸ ਤੋਂ, ਤਾਂ ਅੱਜ ਹੀ ਸੰਪਰਕ ਕਰੋ ਗਵਰਨਮੈਂਟ ਅਪਰੂਵਡ ਸੈਵਨ ਸੀਜ਼ ਇੰਟਰਨੈਸ਼ਨਲ ਨਾਲ। ਕਾਲ ਕਰੋ 98556-12912। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲਿਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।